ਪੇਛਾ ਤੁਹਾਨੂੰ ਕੀ ਲੱਗਦਾ ਹੈਗਾ ਰਾਜ ਘਰਾਣੇ ਨਾਲ ਪਏਗਾ ਜਾਂ ਫਿਰ ਅਨਕੇ ਸ਼ਰਮਾ ਨਾਲ ਜਾਂ ਫਿਰ ਡਾਕਟਰ ਗਾਂਧੀ ਨਾਲ ਕਿਉਂਕਿ ਡਾਕਟਰ ਗਾਂਧੀ ਦਾ ਤੁਸੀਂ ਪ੍ਰਚਾਰ ਵੀ ਕਰਦੇ ਹੋ ਫਰੀਦਕੋਹਰੋਂ ਲੋਕ ਨਹੀਂ ਵੜਨ ਦੇ ਰਹੇ ਜੀ ਧਰਵੀਰ ਗਾਂਧੀ ਨੂੰ ਪਾਰਟੀ ਨਹੀਂ ਵੜਨ ਦੇ ਰਹੀ ਜਿਹਦੇ ਵਿੱਚ ਉਹ ਗਏ ਆ ਜਿਹੜੇ ਦਲ ਬਦਲੂ ਹੈ ਜਿਨ੍ਹਾਂ ਨੇ ਲੋਕਾਂ ਦਾ ਕੋਈ ਆਧਾਰ ਹੀ ਨਹੀਂ ਹੈ ਲੋਕ ਉਹਨਾਂ ਨੂੰ ਵੋਟਾਂ ਕਿਉਂ ਪਾਣਗੇ ਕਹਿੰਦੇ ਪਹਿਲਾਂ ਤੁੱਕਾ ਲੱਗਿਆ ਇਸ ਵਾਰੀ ਤੁੱਕਾ ਨਹੀਂ ਲੱਗਣਾ ਨਾ ਹਵਾ ਨਾ ਲਹਿਰ ਨਾ ਕੁਛ ਤੁਸੀਂ ਦੇਖੋ ਕਿ ਲੋਕਾਂ ਨੇ ਇਹਨਾਂ ਨੂੰ ਜਿਹੜੀ ਇਹਨਾਂ ਦੀਆਂ ਪੇਟੀਆਂ ਖਾਲੀ ਜਾਣਗੇ ਪਿੰਡਾਂ ਕਿ ਮੈਨੂੰ ਹੁਣ ਹਰ ਪਿੰਡ ਵਿੱਚ ਲੋਕਾਂ ਨੇ ਡੇਰਾ ਬੱਸੀ ਗਿਆ ਕਿ ਡ ਵੋਟਾਂ ਪਾਵਾਂਗੇ ਪਵਾਵਾਂਗੇ ਤੇ ਤੁਹਾਡੇ ਬੂਥ ਵੀ ਲਾਵਾਂਗੇ ਤੁਹਾਨੂੰ ਪਿੰਡਾਂ ਚ ਆਣ ਦੀ ਲੋੜ ਨਹੀਂ ਆਮ ਆਦਮੀ ਪਾਰਟੀ ਕੰਮਾਂ ਦੇ ਆਧਾਰ ਤੇ ਜਿੱਤਣ ਵਾਲੀ ਪਾਰਟੀ ਹੈ ਔਰ ਕੰਮਾਂ ਨੂੰ ਹੀ ਵੋਟਾਂ ਪੈਣਗੀਆਂ ਲੋਕ ਸਭਾ ਸੀਟ ਪਟਿਆਲਾ ਚੋਕ ਨੂੰ ਮੁਕਾਬਲਾ ਇੱਥੇ ਹੋ ਸਕਦਾ ਕਿਉਂਕਿ ਸਾਰੀਆਂ ਧਿਰਾਂ ਨੇ ਚਾਹੇ ਉਹ ਸ਼੍ਰੋਮਣੀ ਅਕਾਲੀ ਦਲ ਹੋਵੇ ਭਾਰਤੀ ਜਨਤਾ ਪਾਰਟੀ ਹੋਵੇ ਜਾਂ ਕਾਂਗਰਸ ਹੋਵੇ ਜਾਂ ਆਮ ਆਦਮੀ ਪਾਰਟੀ ਹਰ ਇੱਕ ਕੇ ਦਾਵਾ ਕਰ ਰਿਹਾ ਕਿ ਅਸੀਂ ਆਪਣੇ ਹੈਵੀ weight ਕੈਂਡੀਡੇਟ ਨੂੰ ਇੱਥੋਂ ਉਤਾਰਿਆ ਤੇ ਤੁਸੀਂ ਦੇਖੋ ਸੀਟ ਅਸੀਂ ਜਿੱਤ ਲੈਣੀ ਹੈ ਆਮ ਆਦਮੀ ਪਾਰਟੀ ਦਾ ਦਾਵਾ 13 30 13 ਸੀਟਾਂ ਯਾਨੀ ਕਿ 13 0 ਦਾਵਾ ਕਰ ਰਹੇ ਨੇ ਡਾਕਟਰ ਬਲਬੀਰ ਸਿੰਘ ਸਾਡੇ ਨਾਲ ਨੇ ਨਾਲ ਐਮਐਲਏ ਰਾਜਪੁਰੇ ਨੀਨਾ ਮਿੱਤਲ ਜੀ ਨੇ ਗੱਲਬਾਤ ਇਹ ਨਾਲ ਕਰਦੇ ਆ ਡਾਕਟਰ ਸਾਹਿਬ ਤੁਹਾਨੂੰ ਕੀ ਲੱਗ ਰਿਹਾਗਾ ਅੱਜ ਤੁਸੀਂ ਰਾਜਪੁਰੇ ਦੇ ਵਿੱਚ ਰੈਲੀ ਵੀ ਕੀਤੀ ਹੈ ਹਾਲਾਂਕਿ ਗੜੇਮਾਰੀ ਹੋਣ ਕਰਕੇ ਸੀਐਮ ਸਾਹਿਬ ਨਹੀਂ ਪਹੁੰਚ ਸਕੇ ਉਹਨਾਂ ਦੀ ਹਾਈ ਲੈਵਲ ਮੀਟਿੰਗ ਆ ਗਈ ਕੀ ਤੁਹਾਨੂੰ ਲੱਗ ਰਿਹਾ ਸੱਚਮੁੱਚ 13 0 ਵਾਲੇ ਹਾਲਾਤ ਹੈ ਨੇ ਗਰਾਊਂਡ ਦੇ ਉੱਤੇ ਜਾਂ ਫਿਰ ਤੁਹਾਨੂੰ ਲੱਗਦਾ ਕਿ ਥੋੜੇ ਜਿਹਾ ਅੰਕੜਾ ਇਧਰ ਉਧਰ ਹੋ ਸਕਦਾ ਨਹੀਂ ਬਿਲਕੁਲ ਜੀ ਤੁਸੀਂ ਦੇਖੋ ਗੜੇਮਾਰੀ ਹੋ सीएम साहब ने आना सीगा जी आ रहे सी और ਤੁਸੀਂ ਦੇਖੋ ਵੀ ਇਹੋ ਜੇ ਮੁੱਖ ਮੰਤਰੀ ਕਿੰਨੇਗਾ ਜਿਨ੍ਹਾਂ ਦਾ ਦਿਲ ਜੜਾ ਹੈਗਾ ਪੰਜਾਬ ਵਾਲਿਆਂ ਵਾਸਤੇ ਧੜਕਦਾ ਹੋਵੇ ਪਹਿਲਾਂ ਕਦੇ ਕੋ ਵੈ ਇਸ ਤਰ੍ਹਾਂ ਵੀ ਆਪਣੇ ਪ੍ਰੋਗਰਾਮ ਕੈਨਸਲ ਕਰਕੇ ਕੈਨਸਲ ਕਰਕੇ ਉਹਨਾਂ ਨੇ ਹਾਈ ਲੈਵਲ ਮੀਟਿੰਗ ਬੁਲਾਈ ਆ ਕਿਉਂਕਿ ਐਸੋਲੇ ਕਿਸਾਨ ਖੇਤਾਂ ਵਿੱਚ ਆ ਜਾਂ ਮੰਡੀ ਚ ਆੜਤੀਆ ਮਜ਼ਦੂਰ ਟਰਾਂਸਪੋਰਟਰਸ ਵਪਾਰੀ ਇਹ ਸਾਰੇ ਮਤਲਬ ਇਸ ਵੇਲੇ ਮਤਲਬ ਮੰਡੀਆਂ ਦੇ ਵਿੱਚ ਆ ਤੇ ਉਹਨਾਂ ਦੀ ਜਿਹੜੀ ਜਾਨ ਆ ਜਦੋਂ ਕਿਸਾਨ ਨੂੰ ਧੁੜਕੂ ਲੱਗਿਆ ਹੁੰਦਾ ਜੀ ਨਾ ਮੇਰੀਆਂ ਵੀ ਸਾਰੀਆਂ ਜੜੀਆਂ ਥਾਟਸ ਆ ਕਿਸਾਨਾਂ ਦੇ ਨਾਲ ਆ ਉਹਨਾਂ ਦੀ ਸਭ ਮੈਨੂੰ ਵੀ ਬਹੁਤ ਚਿੰਤਾ ਹੈ ਗਿਆ ਸਾਡੇ ਤੁਸੀਂ ਦੇਖੋ ਇਕੱਠ ਕਰਨਾ ਸੀਗਾ ਗੜਿਆਂ ਦੇ ਵਿੱਚ ਜਿਹੜਾ ਸੀਗਾ ਹਜ਼ਾਰਾਂ ਬੰਦੇ ਉੱਥੇ ਆਏ ਹੋਏ ਸੀਗੇ ਇਹ ਲੋਕਾਂ ਦਾ ਉਤਸ਼ਾਹ ਆ ਇਹ ਲੋਕਾਂ ਦਾ ਵਿਸ਼ਵਾਸ ਆ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦੇ ਉੱਤੇ ਅਰਵਿੰਦ ਕੇਜਰੀਵਾਲ ਜੀ ਦੀ ਸੋਚ ਉੱਤੇ ਹਾਂ ਉਹਨਾਂ ਦੀ ਜਿਹੜੀ ਸੋਚ ਆ ਉੱਚੀ ਤੇ ਸੁੱਚੀ ਉਹਦੇ ਉੱਤੇ ਜੋ ਨੀਤੀਆਂ ਔਰ ਜੋ ਨiyet ਸਾਡੇ ਮਾਨਯੋਗ ਮੁੱਖ ਮੰਤਰੀ ਦੀ ਆ ਉਹਦੇ ਤੇ ਲੋਕਾਂ ਦਾ ਵਿਸ਼ਵਾਸ ਹੈ ਉਹਦਾ ਪ੍ਰਤੀਕ ਹੈ ਕਿ ਲੋਕ ਹਜ਼ਾਰਾਂ ਦੀ ਗੰਢੀ ਜਿਹੜੇ ਗੜੇ ਪੈਂਦਿਆਂ ਦੇ ਵਿੱਚ ਖੜੇ ਹੋਏ ਸੀ ਪੇਛਾ ਤੁਹਾਨੂੰ ਕੀ ਲੱਗਦਾ ਹੈ ਕਿ ਰਾਜ ਘਰਾਣੇ ਨਾਲ ਪਏਗਾ ਜਾਂ ਫਿਰ ਅਨਕੇ ਸ਼ਰਮਾ ਨਾਲ ਜਾਂ ਫਿਰ ਡਾਕਟਰ ਗਾਂਧੀ ਨਾਲ ਕਿਉਂਕਿ ਡਾਕਟਰ ਗਾਂਧੀ ਦਾ ਤੁਸੀਂ ਪ੍ਰਚਾਰ ਵੀ ਕਰਦੇ ਹੋ ਤੁਹਾਨੂੰ ਕੀ ਲੱਗਦਾ ਕਿੱਧਰ ਮੁਕਾਬਲਾ ਹੋਊਗਾ ਕਿਹਨੂੰ ਤੁਸੀਂ ਮੁਕਾਬਲੇ 'ਚ ਦੇਖ ਰਹੇ ਹੋ ਦੇਖੋ ਪ੍ਰਨੀਤ ਕੌਰ ਜੀ ਜਿਹੜੀ ਤੁਸੀਂ ਗੱਲ ਕਰਦੇ ਹੋ ਰਾਜ ਘਰਾਣੇ ਦੀ ਉਹਨਾਂ ਨੂੰ ਲੋਕ ਪਿੰਡਾਂ 'ਚ ਵੜਨ ਨਹੀਂ ਦੇ ਰਹੇ 1100 ਤੋਂ ਵੱਧ ਮੇਰੇ ਪਿੰਡ ਹੈ ਕਿਸੇ ਵੀ ਪਿੰਡ ਵਿੱਚ ਜਾ ਕੇ ਉਹਨਾਂ ਦੀ ਨਾ ਉਹਨਾਂ ਦੀ ਮੀਟਿੰਗ ਹੋਣੀ ਆ ਨਾ ਉਹਨਾਂ ਦਾ ਬੂਥ ਲੱਗਣਾ ਸੋ ਉਹ ਕੰਪੀਟੀਸ਼ਨ 'ਚੋਂ ਬਾਹਰ ਹੈ ਦੂਜੀ ਗੱਲ ਤੁਸੀਂ ਕੀਤੀ ਧਰਮਵੀਰ ਗਾਂਧੀ ਦੀ ਧਰਮਵੀਰ ਗਾਂਧੀ ਨੇ ਜਿਹੜਾ ਸੀਗਾ ਉਹ ਆਮ ਆਦਮੀ ਪਾਰਟੀ ਤੋਂ ਮੈਂ ਉਹਨਾਂ ਦਾ ਲੈਕਚਰ ਏਜੰਸੀ ਔਰ ਕੰਪੇਨ ਮੈਨੇਜਰ ਸੀਗਾ ਅਸੀਂ 25-30 ਬੰਦੇ ਹੁੰਦੇ ਸੀਗੇ ਅਸੀਂ ਸਾਰਿਆਂ ਨੇ ਉਹਨਾਂ ਦੀ ਜਿਹੜੀ ਕੰਪੇਨ ਹੈ ਮੈਨੇਜ ਕੀਤੀ ਸੀਗੀ ਪੂਰੇ ਪਾਰਲੀਮੈਂਟਰੀ ਕੌਂਸਲ ਚ ਸੀ ਜਿਉਹਨਾਂ ਚੋਂ ਇੱਕ ਵੀ ਬੰਦਾ ਉਹਨਾਂ ਦੇ ਨਾਲ ਨਹੀਂ ਸਾਰੇ ਬੰਦੇ ਅੱਜ ਮੇਰੇ ਨਾਲ ਐ ਪਾਰਟੀ ਦੇ ਨਾਲ ਐ ਅਸੀਂ ਸਾਰੇ ਪਾਰਟੀ ਦੇ ਨਾਲ ਐ ਭਗਵੰਤ ਮਾਨ ਜੀ ਨਾਲ ਐ ਅਰਵਿੰਦ ਕੇਜਰੀ ਨਾਲ ਐ ਉਹਨਾਂ ਨੂੰ ਜਿਹੜੀ ਪਾਰਟੀ ਚੋਂ ਗਏ ਆ ਉਹ ਉਹਨਾਂ ਦੇ ਵਿੱਚੋਂ ਕੋਈ ਬੰਦਾ ਉਹਨਾਂ ਦੇ ਨਾਲ ਨਹੀਂ ਤੁਰ ਰਿਹਾ ਜੀ ਉਹਨਾਂ ਨੇ ਮੀਟਿੰਗ ਵੀ ਬੁਲਾਈ ਆ ਉਹ ਨਾਰਾਜ਼ ਹੈ ਉਹਨਾਂ ਦੀ ਟਿਕਟ ਮੋਸਟ ਪਬਲੀਕ ਕੈਨਸਲ ਹੋਏਗੀ ਜੀ ਕੈਨਸਲ ਹੋਣ ਜਾ ਰਹੀ ਹੈ ਔਰ ਉਹਨਾਂ ਨੂੰ ਅਜੇ ਤੱਕ ਕੋਈ ਪ੍ਰਚਾਰ ਸ਼ੁਰੂ ਨਹੀਂ ਕਰ ਸਕਿਆ ਕਿਤੇ ਇੱਕ ਵੀ ਮੀਟਿੰਗ ਨਹੀਂ ਕਰ ਸਕਿਆ ਮੈਂ ਤਾਂ ਨੌ ਅਸੈਂਬਲੀ ਸੈਗਮੈਂਟਸ ਮੀਟਿੰਗ ਸ਼ੁਰੂ ਕਰਕੇ ਦੇਰਾਬਸੀ ਕਵਰ ਕਰਤਾ ਅਜ ਰੋਡ ਸ਼ੋ ਵੀ ਕਰਤਾ ਸੋ ਕੈਂਪੇਨ ਕੋਈ ਬੰਦਾ ਕਰ ਹੀ ਨਹੀਂ ਪਾਰਿਆ ਉਹਨਾਂ ਚ ਪਨੀਤ ਕੋਰੋਂ ਲੋਕ ਨਹੀਂ ਵੜਨ ਦੇ ਰਹੇ ਜੀ ਧਰਮਵੀਰ ਗਾਂਧੀ ਨੂੰ ਪਾਰਟੀ ਨਹੀਂ ਵੜਨ ਦੇ ਰਹੀ ਜਿਹਦੇ ਵਿੱਚ ਉਹ ਗਏ ਆ ਔਰ ਤੁਸੀਂ ਉਹਨਾਂ ਦੀ ਹਿਪੋਕ੍ਰੇਸੀ ਦੇਖੋ ਉਹਨਾਂ ਦਾ ਦੋਗਲਾਪਨ ਦੇਖੋ ਧਰਮੇਂਦਰ ਗਾਂਧੀ ਦਾ ਉਹਨਾਂ ਨੂੰ ਕਿਸੇ ਪੱਤਰਕਾਰ ਨੇ ਪੁੱਛਿਆ ਵੀ ਤੁਸੀਂ ਕਿਉਂ ਛੱਡੀ ਸੀ ਆਵਾਦਵੀਆ ਪਾਰਟੀ ਕਹਿੰਦਾ ਜਿਹਦੇ ਉੱਤੇ ਹਾਈ ਕਮਾਂਡ ਕਲਚਰ ਸੀਗਾ ਉੱਪਰੋਂ ਮੈਸੇਜ ਆ ਜਾਂਦਾ ਸੀਗਾ ਤੇ ਉਹਨਾਂ ਨੇ ਕਿਹਾ ਜੀ ਉਹ ਤਾਂ ਕਾਂਗਰਸ ਵਿੱਚ ਵੀ ਹੈਗਾ ਕਹਿੰਦਾ ਜੀ ਕਾਂਗਰਸ ਵਿੱਚ ਤਾਂ ਬਹੁਤ ਦੇਰ ਬਾਅਦ ਆਇਆ ਨਾ ਵਿੱਚ ਜਲਦੀ ਆ ਗਿਆ ਤੇ ਅੱਜ ਵੀ ਉਹਦੀ ਸਟੇਟਮੈਂਟ ਕੀ ਹੈ ਜੀ ਮੈਂ ਟ੍ਰਿਬਿਊਨ ਵਿੱਚ ਪੜੀ ਹੈ ਸਾਰੀਆਂ ਅਖਬਾਰਾਂ ਚ ਆਈ ਆ ਉਹ ਕਹਿੰਦਾ ਵੀ ਜਿਹੜੇ ਤੁਹਾਡੇ ਲੀਡਰ ਆ ਜਿਹੜੇ ਨਾਰਾਜ਼ ਆ ਤੁਸੀਂ ਉਹਨਾਂ ਨੂੰ ਮਨਾਓਗੇ ਕਹਿੰਦਾ ਜੀ ਮੈਂ ਉਹਨਾਂ ਨੂੰ ਬੇਨਤੀ ਕਰਦਾ ਕਿ ਹਾਈ ਕਮਾਂਡ ਦੀ ਸੁਣੋ ਇੱਕ ਪਾਸੇ ਕਹਿੰਦਾ ਵੀ ਹਾਈ ਕਮਾਂਡ ਕਲਚਰ ਹੈ ਤੇ ਮੈਂ ਪਾਰਟੀ ਛੱਡੀ ਆ ਹੁਣ ਆਪਣੇ ਵਲੰਟੀਅਰਸ ਨੂੰ ਵਰਕਰਸ ਨੂੰ ਕਹ ਰਿਹਾ ਉਹਨਾਂ ਨੂੰ ਮਿਲਿਆ ਨਹੀਂ ਉਹ ਕਿਸੇ ਚਲੋ ਜਿੱਤੇ ਹੋਏ ਨਹੀਂ ਸੀ ਹਾਰੇ ਹੋਏ ਐਮਐਲਏ ਤਾਂ ਹੈਗੇ ਉਹਨਾਂ ਦੇ ਨਾਲ ਜੀ ਕਿਸੇ ਹਾਰੇ ਹੋਏ ਐਮਐਲਏ ਨੂੰ ਨਹੀਂ ਮਿਲਿਆ ਕਿਸੇ ਲੀਡਰ ਨੂੰ ਨਹੀਂ ਮਿਲ ਰਿਹਾ ਜਾ ਕੇ ਉਹ ਉਹ ਕਹਿੰਦਾ ਉਹ ਆਪਣੀ ਅਟੈਚ ਬੈਠਾ ਲੀਡਰ ਆਪਣੀ ਅਟੈਚ ਬੈਠਿਆ ਉਹ ਜ਼ੀਰੋ ਹੈ ਜ਼ੀਰੋ ਉਹਦੀ ਜਮਾਤ ਜਬ ਥੋਣ ਜਾ ਰਹੀ ਹੈ ਤੇ ਤੁਹਾਨੂੰ ਮੀਟਿੰਗ ਵੀ ਸੱਦੀ ਹੋਈ ਹੈ ਤੇ ਤੁਹਾਨੂੰ ਕੀ ਲੱਗਦਾ ਕਿ ਕਾਂਗਰਸ ਦੇ ਟਕਸਾਲੀ ਲੀਡਰ ਨਹੀਂ ਉਹਨਾਂ ਦਾ ਵਿਰੋਧ ਕਰ ਰਹੇ ਨੇ ਇਹ ਤੁਹਾਡੇ ਬੈਨੀਫਿਟ ਚ ਜਾਊਗਾ ਜਾਂ ਤੁਹਾਨੂੰ ਲੱਗਦਾ ਹਾਰਾਣੀ ਪ੍ਰਨੀਤ ਕੋਰ ਉਹਨਾਂ ਕਾਂਗਰਸੀਆਂ ਤੱਕ ਖੁਦ ਅਪਰੋਚ ਕਰ ਰਹੀ ਹੈ ਕੀ ਤੁਹਾਨੂੰ ਲੱਗਦਾ ਕਿ ਇਹ ਵੋਟਾਂ ਤੁਹਾਨੂੰ ਨਾ ਭੁਗਤ ਕੇ ਦੂਜੇ ਪਾਸੇ ਨਾ ਹੋ ਜਾਣ ਤੁਸੀਂ ਨਾ ਜੜ ਫੜ ਲਈ ਬਿਮਾਰੀ ਦੇ ਪ੍ਰਨੀਤ ਕੋਰ ਜੀ ਖੁਦ ਉਹਨਾਂ ਨੂੰ ਅਪਰੋਚ ਕਰ ਰਹੇ ਆ ਪ੍ਰਨੀਤ ਕੋਰ ਜੀ ਇਹਨੂੰ ਲੈ ਕੇ ਆਇਆ ਧਰਮੇਂ ਗਾਂਧੀ ਨੂੰ ਇਹਦਾ ਮਤਲਬ ਇਹਨਾਂ ਦੀ ਜੋ ਪਹਿਲੀ ਇਲੈਕਸ਼ਨ ਸੀ ਮੈਂ ਤੁਹਾਨੂੰ ਬਾਅਦ ਉਹ ਵੀ ਦੱਸਦਾ ਉਹਦੇ ਜਦੋਂ ਜਦੋਂ ਇਹ ਜਿੱਤੇ ਆ ਨਾ ਜੀ ਜਦੋਂ ਆਵਾਦਿ ਪਾਰਟੀ ਤੋਂ ਜਿੱਤੇ ਆ ਉਸ ਤੋਂ ਬਾਅਦ ਬਾਈ ਇਲੈਕਸ਼ਨ ਹੋਣੀ ਸੀ ਐਮਰ ਦੀ ਇਲੈਕਸ਼ਨ ਹੋਣੀ ਸੀ ਅਸੀਂ ਜਿਹੜੇ ਬੰਦਿਆਂ ਨੇ ਵੀ 25 ਦਿਨਾਂ ਦੇ ਕੰਮ ਦੇ ਵਿੱਚ ਇਹਨਾਂ ਦੀ ਇਲੈਕਸ਼ਨ ਵਾਸਤੇ ਦਿਨ ਰਾਤ ਕੀਤਾ ਸੀ ਇਹਨਾਂ ਨੇ ਉਹਨਾਂ ਚੋਂ ਕਿਸੇ ਨੂੰ ਟਿਕਟ ਨਹੀਂ ਦਿੱਤੀ ਜੀ ਇਹਨਾਂ ਨੇ ਇੱਕ ਪੋੜਾ ਪਾਲਾ ਬੰਦਾ ਅਕਾਲੀ ਦਲ ਤੋਂ ਆਇਆ ਸੀਗਾ ਜੀ ਉਹਨੂੰ ਟਿਕਟ ਦੇ ਦਿੱਤੀ ਉਹਦੇ ਲੱਖਾਂ ਰੁਪਏ ਖਰਚਾ ਦਿੱਤੇ ਉਹਦਾ ਪ੍ਰਚਾਰ ਕਰਨਾ ਵੀ ਨਹੀਂ ਗਿਆ ਉਹਦੀ ਜਮਾਤ ਜ਼ਬਤ ਕਰਾਤੀ ਇਹਨਾਂ ਨੇ ਪਾਰਟੀ ਦੀ ਜਮਾਤ ਜ਼ਬਤ ਕਰਾਤੀ ਤੇ ਉਸ ਵੇਲੇ ਵੀ ਇਹ ਰਾਜਕਰਾਨੇ ਨਾਲ ਮਿਲਗੇ ਸੀ ਇਹ ਵੇ ਕਾਜ ਬੋਡ ਕਟਵਾ ਮੇਰੀਆਂ ਵੋਟਾ ਕੱਟਣ ਵਾਸਤੇ ਲੈ ਕੇ ਆਇਆ ਉਹਨਾਂ ਨੂੰ ਗਲਤਫਹਮੀ ਹੈ ਇਹ ਸਾਰੀ ਜਿਹੜੀ ਤੁਸੀਂ ਗੱਲ ਕਹਿ ਦਿੱਤੀ ਨਾ ਜਿਹੜੀ ਪ੍ਰਨੀਤ ਕੌਰ ਜੀ ਉਹਨਾਂ ਦੀ ਸਾਰੀ ਖੇਡ ਹੈ ਜੀ ਇਹ ਬਾਕੀ ਜਿਹੜੀ ਗੱਲ ਹੈ ਉਹਨਾਂ ਦੀ ਜਿਹੜੀ ਕਾਂਗਰਸ ਪਾਰਟੀ ਆ ਉਹਨਾਂ ਨੇ ਕਾਂਗਰਸ ਪਾਰਟੀ ਬਚਾਣੀ ਹੈ ਗਾਂਧੀ ਨਾਲ ਨਹੀਂ ਬਚਦੀ ਜਿਹੜੇ ਟਕਸਾਲੀ ਹੈ ਲੀਡਰ ਹੈ ਉਹਨਾਂ ਦਾ ਇੱਕ ਆਪਣਾ ਹੱਕ ਹੈ ਉਹ ਸਾਰੇ ਉਹਨਾਂ ਦੇ ਵਰਕਰ ਸਾਰੇ ਕੱਲ ਨੂੰ ਕੱਲ ਨੂੰ ਮੀਟਿੰਗ ਹੋਣੀ ਹੈ ਸੋ ਉਹ ਤੁਸੀਂ ਕੱਲ ਨੂੰ ਮੀਟਿੰਗ ਕਵਰ ਕਰ ਲਈਓ ਤੁਹਾਨੂੰ ਸਾਰਾ ਜਵਾਬ ਮਿਲ ਜਾਣਾ ਪੰਜਾਬ ਦੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਐਨ ਕੇ ਸ਼ਰਮਾ ਉਹਨਾਂ ਦਾ ਕੈਸ਼ ਤੇ ਤੁਹਾਨੂੰ ਲੱਗਦਾ ਹੈ ਕਿ ਜੇ ਉਸ ਤਰੀਕੇ ਨਾਲ ਵੀ ਕਿਉਂਕਿ ਉਹ ਵਧੀਆ ਕੰਪੇਨ ਕਰ ਸਕਦੇ ਨੇ ਕੈਸ਼ੀਅਰ ਰਹੇ ਨੇ ਤੇ ਉਹ ਮੁਕਾਬਲਾ ਉਸ ਪਾਸੇ ਵੀ ਤੁਹਾਨੂੰ ਲੱਗਦਾ ਤੁਸੀਂ ਜੋ ਅਕਾਲੀ ਦਲ ਹੈ ਜੀ ਅਕਾਲੀ ਦਲ ਤਾਂ ਖੇਰੋਂ ਖੇਰੋਂ ਹੋ ਰਿਹਾ ਜਿਹੜੇ ਮਤਲਬ ਬਾਦਲ ਸਾਹਿਬ ਦੇ ਨਾਲ ਸੀਗੇ ਉਹ ਮਲੂਕਾ ਉਹਦੀ ਨੂੰ ਚਲੇ ਗਏ ਮਲੂਕਾ ਦੀ ਜਾ ਰਹੇ ਆ ਢੀਂਸਾ ਸਾਹਿਬ ਦੀਆਂ ਸਟੇਟਮੈਂਟ ਤੁਸੀਂ ਪੜ ਰਹੇ ਹੋ ਬਾਕੀ ਜੋ ਤੁਹਾਡੇ ਇੱਥੇ ਅਜਾਬ ਸਿੰਘ ਮੁਖਮੈਲਪੁਰਾ ਦੂਜੇ ਕੋਈ ਤੁਰ ਰਿਹਾ ਜੀ ਉਹਨਾਂ ਦੇ ਨਾਲ ਉਹ ਸੁਖਵੀਰ ਤੇ ਬਾਦਲ ਦੀ ਜਿਹੜੀ ਹੈਗੀ ਆ ਉਹਦੇ ਵਿੱਚ ਜਿਹੜੀ ਉਹਨਾਂ ਦੀ ਸੀਗੀ ਨਾ ਸੋ ਕਾਲਡ ਪੰਜਾਬ ਬਚਾਓ ਯਾਤਰਾ ਸੁਖਵੀਰ ਬਚਾਓ ਯਾਤਰਾ ਸੀ ਉਹਦੇ ਵਿੱਚ ਵੀ ਨਹੀਂ ਗਏ ਉਹ ਜਿਹੜੇ ਐਨ ਕੇ ਸ਼ਰਮਾ ਜੀ ਹੈਗੇ ਆ ਮੈਂ 3 ਦਿਨ ਮੈਂ ਡੇਰਾ ਬੱਸੀ ਚਲਾਇਆ ਲਗਾਤਾਰ ਉੱਥੇ ਮਤਲਬ ਲੋਕਾਂ ਦਾ ਓਵਰਵੈਲਮਿੰਗ ਰਿਸਪਾਂਸ ਹੈ ਅਸੀਂ 45 ਮਿੰਟਾਂ ਦਾ ਰੱਖਿਆ ਸੀ ਮਾਨੂੰ 75 ਮਿੰਟਾਂ ਕਰਨੀਆਂ ਪਈਆਂ ਜਿਹੜੇ ਮੈਂ ਇੱਕ ਵੱਡੇ ਪਿੰਡ ਤੋਂ ਦੂਜੇ ਵੱਡੇ ਪਿੰਡ ਜਾਂਦਾ ਸੀ ਰਸਤੇ ਦੇ ਪਿੰਡਾਂ ਵਾਲੇ ਖੜੇ ਸੀ ਸੁਨੇਹਾ ਆ ਜਾਂਦਾ ਸੀਗਾ ਜੀ ਅਸੀਂ ਡਾਕਟਰ ਸਾਹਿਬ ਨੂੰ ਮਿਲਣਾ ਹੈ ਅਸੀਂ ਉਹਦੇ ਦਰਸ਼ਨ ਕਰਨੇ ਆ ਉਹ ਕਹਿੰਦਾ ਜੀ ਡਾਕਟਰ ਸਾਹਿਬ ਨੂੰ ਕਿਉਂ ਮਿਲਣਾ ਕਹਿੰਦੇ ਜੀ ਉਹਨਾਂ ਨੇ ਸਾਡਾ ਔਖੇ ਵੇਲੇ ਸਾਥ ਦਿੱਤਾ ਉਹ ਬਾਰਡਰ ਦੇ ਉੱਤੇ 13 ਮਹੀਨੇ ਸਾਡੇ ਨਾਲ ਬੈਠੇ ਉਹਨਾਂ ਨੇ ਸਾਡਾ ਉੱਥੇ ਉਹਨਾਂ ਨੇ ਸਾਡੀ ਮਰਮ ਪੱਟੀ ਕੀਤੀ ਜਦੋਂ ਸਾਡੇ ਤੇ ਗੋਲੇ ਵਰਸਾਏ ਜਾ ਰਹੇ ਸੀ ਉਹਨਾਂ ਨੇ ਸਾਡੀਆਂ ਅੱਖਾਂ ਦਾ ਇਲਾਜ ਕੀਤਾ ਦਵਾਈਆਂ ਦਿੱਤੀਆਂ ਆਪਰੇਸ਼ਨ ਕੀਤੇ ਲੋਕਾਂ ਦੇ ਹਾਰਟ ਅਟੈਕ ਹੋਏ ਉਹਦੇ ਵਾਸਤੇ ਉਹਨਾਂ ਨੇ ਮੈਡੀਕਲ ਚੈੱਕਅਪ ਕਰਾਇਆ ਕਹਿੰਦੇ 750 ਕਿਸਾਨ ਸ਼ਹੀਦ ਹੋਏ ਸੀ ਤੇ ਜੇ ਉਹ ਇੰਟਰਵੈਨਸ਼ਨ ਨਾ ਕਰਦੇ ਤਾਂ ਸ਼ਾਇਦ 2250 ਕਿਸਾਨ ਹੋਰ ਸ਼ਹੀਦ ਹੋਣੇ ਸੀ ਸੋ ਉਹਨੀਆਂ ਕਮੋਤਾ ਮਤਲਬ ਮੇਰਾ ਇਸ ਭਾਗ ਸੀਗਾ ਮੈਂ ਤਾਂ ਕਿਸਾਨ ਦਾ ਬੇਟਾ ਸੀ ਮੈਨੂੰ ਹੁਣ ਹਰ ਪਿੰਡ ਵਿੱਚ ਲੋਕਾਂ ਨੇ ਡੇਰਾ ਬੱਸੀ ਚ ਗਿਆ ਕਿ ਡਾਕਟਰ ਸਾਹਿਬ ਤੁਸੀਂ ਆਪਣਾ ਫਰਜ਼ ਨਿਭਾਇਆ ਸੀ ਹੁਣ ਸਾਨੂੰ ਆਪਣਾ ਫਰਜ਼ ਨਿਭਾਣ ਦਿਓ ਅਸੀਂ ਤੁਹਾਡਾ ਪ੍ਰਚਾਰ ਵੀ ਕਰਾਂਗੇ ਵੋਟਾਂ ਪਾਵਾਂਗੇ ਪਵਾਵਾਂਗੇ ਤੇ ਤੁਹਾਡੇ ਬੂਥ ਵੀ ਲ ਤੁਹਾਨੂੰ ਪਿੰਡਾਂ ਚ ਜਾਣ ਦੀ ਲੋੜ ਨਹੀਂ ਹੈ ਤੁਸੀਂ ਪ੍ਰਚਾਰ ਕਰਨਾ ਸ਼ਹਿਰਾਂ ਚ ਕਰ ਲਓ ਭਾਵੇਂ ਲੇਕਿਨ ਅਸੀਂ ਤੁਹਾਡਾ ਸਾਰਾ ਕੁਝ ਕਰਾਂਗੇ ਔਰ ਮੈਂ ਆਪਣੇ ਮੈਂ ਆਪਣੇ ਲੈਵਲ ਦੇ ਉੱਤੇ ਘੱਗਰ ਦੀ ਸਮੱਸਿਆ ਹੈਗੀ ਹੈ ਜੀ ਇੱਕ ਪਾਸੇ ਤਾਂ ਲੋਕਾਂ ਦੇ ਪਾਣੀ ਹੈ ਨਹੀਂ ਨਾ ਪੀਣ ਨੂੰ ਪਾਣੀ ਹੈ ਨਾ ਵਾਹ ਲੈ ਪਾਣੀ ਹੈ ਡੇਰਾ ਬੱਸੀ ਔਰ ਰਾਜਪੁਰਾ ਕਰੜ ਕਨੌਰ ਸਨੌਰ ਸਮਾਣਾ ਔਰ ਜਿਹੜਾ ਤੁਹਾਡਾ ਸੁਤਰਾਣਾ ਇਹ ਜਿਹੜੇ ਮੇਰੀਆਂ ਕੌਨਸਟਿਚਨਸੀਜ਼ ਆ ਨਾ ਜੀ ਕਰੜ ਚਲੋ ਦੂਜੇ ਪਾਸੇ ਆ ਗਿਆ ਰਾਤਪੁਰ ਸਾਹਿਬ ਦੇ ਵਿੱਚ ਬਾਕੀ ਸਾਰੀਆਂ ਜਿਹੜੀਆਂ ਮੇਰੀਆਂ ਪੰਜ ਕੌਨਸਟਿਚਨਸੀ ਆ ਇਹਨਾਂ ਦੀ ਸਾਰੀ ਪਾਣੀ ਦੀ ਸਮੱਸਿਆ ਦਾ ਘਰਨ ਹੱਲ ਹੋ ਸਕਦੀ ਆ ਜਿੱਦਾਂ ਭਾਖੜਾ ਡੈਮ ਬਣਾਇਆ ਸੀ ਉਹਦੀ ਮੈਂ ਸਾਰੀ ਪਲੈਨਿੰਗ ਕਰਕੇ ਘੱਗਰ ਦੀ ਵੀ ਕਰੂੰਗਾ ਪਟਿਆਲਾ ਕੀ ਰਾਉ ਕੋ ਵੀ ਕਰਾਇ ਕਿਉਂ ਰਾਉ ਕੀ ਵੀ ਕਰੂੰਗਾ ਜਿਹੜੀ ਨਹਿਰ ਜਿਹਦਾ ਬੜੀ ਨਦੀ ਚ ਪਾਣੀ ਆਂਦਾ ਇਹਨਾਂ ਦੇ ਵਿੱਚ ਮੈਂ ਛੋਟੇ ਛੋਟੇ ਡੈਮ ਬਣਾ ਕੇ ਪਾਣੀ ਨੂੰ ਸਟੋਰ ਕਰਾਂਗਾ ਹੌਲੀ ਹੌਲੀ ਉਹਨੂੰ ਰਿਲੀਜ਼ ਕਰਕੇ ਕਿਸ ਆਲਰੇਡੀ ਖਰੜਾ ਤਿਆਰ ਹੋਇਆ ਪੰਜਾਬ ਦੇ 8.5 ਹਜ਼ਾਰ ਕਰੋੜ ਲੈ ਕੇ ਆਉਂਗਾ ਜੀਟੀ ਰੋਡ ਖਲਾਉਂਗਾ ਮੇਰਾ ਅਜੰਡਾ ਤਿਆਰ ਹੈ ਜੀ ਲੋਕਾਂ ਨੂੰ ਪਸੰਦ ਆ ਰਿਹਾ ਹੈ ਮੈਂ ਜਿਹੜਾ 8.5 ਹਜ਼ਾਰ ਕਰੋੜ ਹੈ ਅਸੀਂ ਅਸੀਂ 829 ਆਮ ਆਦਮੀ ਕਲੇਨਿਕ ਬਣਾਏ ਆ ਜੀ ਜਦੋਂ ਸਾਡੇ ਕੋਲੇ 8.5 ਹਜ਼ਾਰ ਕਰੋੜ ਆ ਗਿਆ ਮੈਂ ਮਤਲਬ 832 ਥੋੜੀ ਮੈਂ ਤੋਂ 1832 ਹੋਰ ਬਣਾ ਦਵਾਂਗਾ ਠੀਕ ਹੈ ਜੀ ਮੈਂ ਪੈਸੇ ਲਿਆ ਕੇ ਦਵਾਂਗਾ ਮਾਨ ਸਾਹਬ ਨੂੰ ਪਿੰਡਾਂ ਦੀਆਂ ਸੜਕਾਂ ਬਣਾਵਾਂਗੇ ਮੰਡੀਆਂ ਠੀਕ ਕਰਾਂਗੇ ਆ ਦੇਖੋ ਕੁਦਰਤ ਦੀ ਕਿਰਪਾ ਅਸੀਂ ਇੰਨੇ ਜ਼ਿਆਦਾ ਛੱਡ ਬਣਾ ਦਾਂਗੇ ਔਰ ਫੜਾ ਪੱਕੀਆਂ ਕਰ ਦਾਂਗੇ ਜਦੋਂ ਇੱਕ ਵਾਰੀ ਅਨਾਜ ਮੰਡੀਸ ਆ ਗਿਆ ਦੇਖੋ ਕਿਸਾਨ ਨਾ ਸੋਨੇ ਵਰਗਾ ਅਨਾਜ ਲੈ ਕੇ ਆਉਂਦਾ ਤੇ ਜਦੋਂ ਉਹ ਮੰਡੀਆਂ ਚ ਰੋੜਦਾ ਸਾਨੂੰ ਬਹੁਤ ਦੁੱਖ ਹੁੰਦਾ ਇਹ ਕੇਂਦਰ ਸਰਕਾਰ ਦੀ ਬੇਈਮਾਨੀ ਕਰਕੇ ਰੋਲ ਰਿਆ ਜੇ ਉਹਨਾਂ ਨੇ ਸਾਡੇ 8.5 60 ਹਜ਼ਾਰ ਕਰੋੜ ਨਾ ਰੋਕੇ ਹੁੰਦੇ ਤਾਂ ਮਾਨ ਸਾਹਿਬ ਸਾਰਿਆਂ ਦੇ ਵਿੱਚ ਵੱਡੇ ਵੱਡੇ ਛੱਡ ਹੋਣੇ ਸੀ ਔਰ ਕਿਸਾਨਾਂ ਮਜ਼ਦੂਰਾਂ ਆੜਤੀਆਂ ਵਾਸਤੇ ਆਰਾਮ ਕਰ ਪਖਾਨੇ ਪੀਣ ਵਾਲਾ ਠੰਡਾ ਪਾਣੀ ਕੈਂਟੀਨ ਇਹ ਸਾਰਾ ਕੁਝ ਅਸੀਂ ਦੇਣਾ ਸੀ ਉਹਨਾਂ ਨੂੰ ਇਹ ਹੁਣ ਤੱਕ ਬਣ ਜਾਣਾ ਸੀ ਸੜਕਾਂ ਬਣ ਜਾਣੀਆਂ ਸੀ ਪਿੰਡਾਂ ਦੀਆਂ ਪਿੰਡ ਤੋਂ ਲੈ ਕੇ ਮੰਡੀ ਤੱਕ ਸੜਕ ਔਰ ਮੰਡੀ ਏ ਕਲਾਸ ਅਸੀਂ ਏ ਕਲਾਸ ਮੰਡੀਆਂ ਸਾਰੀਆਂ ਕਰਦੀਆਂ ਹੈਗੀਆਂ ਇਹ ਪੈਸੇ ਮੈਂ ਲੈ ਕੇ ਆਉਂਗਾ ਔਰ ਉਹਨਾਂ ਦੇ ਸੰਗ ਵਿੱਚ ਹੱਥ ਪਾ ਕੇ ਨਾ ਜੀ ਕੱਢ ਕੇ ਲਿਆ ਕੇ ਤੇ ਮੈਂ ਮਾਨਯੋਗ ਮੁੱਖ ਮੰਤਰੀ ਸਾਹਿਬ ਨੂੰ ਦੇਉਂਗਾ ਔਰ ਉਹ ਜਿਹੜਾ ਹੈਗਾ ਉਹ ਲੋਕਾਂ ਦੇ ਵਾਸਤੇ ਕੰਮ ਕਰ ਦੇਸੀ ਬਹੁਤ ਸ਼ੁਕਰੀਆ ਜੀ ਮੈਡਮ ਦਿਨਾ ਮਿੱਤਲ ਜੀ ਨੇ ਵੀ ਕਿਦੋਂ ਕੀ ਤੁਸੀਂ ਦੇਖਦੇ ਹੋ ਕਿ ਇੱਥੇ ਤੁਹਾਡੇ ਵਿਰੋਧ ਬਹੁਤ ਹੈ ਇੱਥੋਂ ਦੇ ਜਿਹੜੇ ਸਾਬਕਾ ਵ代ਕ ਨੇ ਹਰਿਆਲਕ ਬੋਜ ਉਹ ਕਹਿੰਦੇ ਸੀ ਕਿ ਮੈਂਬਰ ਪਾਰਲੀਮੈਂਟ ਦੀ ਟਿਕਟ ਉਹਨਾਂ ਨੂੰ ਮਿਲਣੀ ਚਾਹੀਦੀ ਹੈ ਤੇ ਉਹ ਵਿਰੋਧ ਵੀ ਕਰ ਰਹੇ ਨੇ ਕੀ ਤੁਸੀਂ ਇਹ ਮੰਨ ਰਹੇ ਹੋ ਕਿ ਕਾਂਗਰਸ ਦਾ ਵਿਰੋਧ ਹੈ ਬਚਪਨੋਂ ਲੋਕ ਪਿੰਡਾਂ ਚ ਨਹੀਂ ਵੜਨਦੇ ਰਹੇ ਅਕਾਲੀਆਂ ਦਾ ਉਸ ਤਰੀਕੇ ਦਾ ਆਧਾਰ ਨਹੀਂ ਹੈ ਇਹਦਾ ਤੁਸੀਂ ਮੰਨਦੇ ਹੋ ਕਿ ਤੁਸੀਂ ਇਹ ਤੁਹਾਨੂੰ ਫਾਇਦਾ ਹੋ ਰਿਹਾ ਹੈ ਜਾਂ ਇਸ ਤਰ੍ਹਾਂ ਤੁਸੀਂ ਦੇਖ ਰਹੇ ਹੋ? ਬਿਲਕੁਲ ਸਾਨੂੰ ਫਾਇਦਾ ਹੀ ਹੋਊਗਾ ਇਹਦਾ ਕਿਉਂਕਿ ਸਾਨੂੰ ਫਾਇਦਾ ਕੱਲਾ ਇਸ ਕਰਕੇ ਨਹੀਂ ਹੋਊਗਾ ਕਿ ਇਹਨਾਂ ਦਾ ਵਿਰੋਧ ਹੈ ਤੁਹਾਡੇ ਸਾਹਮਣੇ ਮਹਾਰਾਣੀ ਪਰਨੀਤ ਕੋਰ ਹੈ 19 ਚੀਤੋਂ ਇਲੈਕਸ਼ਨ ਲੜੇ ਸੀਗੇ ਉਦੋਂ ਉਹਨਾਂ ਨੇ ਕਾਂਗਰਸ ਲਈ ਵੋਟਾਂ ਮੰਗੀਆਂ ਹੁਣ ਉਹ ਬੀਜੇਪੀ ਲਈ ਵੋਟਾਂ ਮੰਗ ਰਹੇ ਨੇ ਜਿਹੜੇ ਦਲ ਬਦਲੂ ਹੈ ਜਿਨ੍ਹਾਂ ਦਾ ਲੋਕਾਂ ਦਾ ਕੋਈ ਆਧਾਰ ਹੀ ਨਹੀਂ ਹੈ ਲੋਕ ਉਹਨਾਂ ਨੂੰ ਵੋਟਾਂ ਕਿਉਂ ਪਾਣਗੇ ਦੂਜੀ ਗੱਲ ਆਈ ਹਰਦੀਾਲ ਕੰਬੋਜ ਜੀ ਦੀ ਜਿਵੇਂ ਇਹ ਹੀ ਗੱਲ ਕਹੂੰਗੀ ਕਿ ਜਿਨ੍ਹਾਂ ਨੂੰ ਲੋਕਾਂ ਨੇ ਨਕਾਰਤਾ ਉਹਨਾਂ ਨੂੰ ਉਹਨਾਂ ਦੀ ਪਾਰਟੀ ਨੇ ਵੀ ਸਾਨੂੰ ਵੋਟਾਂ ਪਈਆਂ ਸੀ 22 ਚ ਅਸੀਂ ਲੋਕਾਂ ਨਾਲ ਵਾਅਦੇ ਕੀਤੇ ਸੀ ਹੁਣ ਅਸੀਂ ਉਹ ਕੰਮ ਕੀਤੇ ਆ ਲੋਕ ਸਾਨੂੰ ਕੰਮਾਂ ਦੇ ਆਧਾਰ ਤੇ ਵੋਟਾਂ ਪਾਣਗੇ ਅਸੀਂ ਕਿਸੇ ਵੀ ਪਿੰਡ ਜਾਂਦੇ ਆ ਲੋਕ ਸਾਨੂੰ ਕਹਿੰਦੇ ਜੀ ਤੁਸੀਂ ਸਾਡੀ ਬਿਜਲੀ ਫ੍ਰੀ ਕਰਤੀ ਤੁਸੀਂ ਸਾਨੂੰ ਮਹੱਲਾ ਕਲੀਨਿਕ ਦਿੱਤੇ ਅੱਛੀ ਐਜੂਕੇਸ਼ਨ ਮਿਲ ਰਹੀ ਐ ਨੌਕਰੀਆਂ ਮਿਲ ਰਹੀਆਂ ਕਿਸਾਨਾਂ ਨੂੰ ਪਾਣੀ ਮਿਲ ਰਿਹਾ ਟੇਲਾਂ ਤੱਕ ਪਾਣੀ ਆ ਗਿਆ ਅਸੀਂ ਇਸ ਪਾਰਟੀ ਨੂੰ ਨਹੀਂ ਵੋਟਾਂ ਪਾਵਾਂਗੇ ਤਾਂ ਹੋਰ ਕਿਹਨੂੰ ਪਾਵਾਂਗੇ ਲੋਕ ਸਾਡੇ ਕੰਮ ਦੇਖ ਕੇ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਕੰਮ ਦੇਖ ਕੇ ਸਾਨੂੰ ਵੋਟਾਂ ਪਾਣਗੇ ਇੱਕ ਈ ਵਾਰ ਮੈਂ ਇਹੀ ਕਹੂੰਗੀ ਕਿ 13 0 ਦਾ ਜਿਹੜਾ ਸਾਡਾ ਸੁਪਨਾ ਹੈ ਉਹ ਜਰੂਰ ਪ ਲੱਗਿਆ ਇਸ ਵਾਰੀ ਤੁੱਕ ਨਹੀਂ ਲਗਣਾ ਨਾ ਹਵਾ ਨਾ ਲਹਿਰ ਨਾ ਕੁਛ ਤੁਸੀਂ ਦੇਖੋ ਕਿ ਲੋਕਾਂ ਨੇ ਇਹਨਾਂ ਨੂੰ ਜਿਹੜੀ ਇਹਨਾਂ ਦੀਆਂ ਪੇਟੀਆਂ ਖਾਲੀ ਜਾਣਗੇ ਪਿੰਡਾਂ ਚ ਐਕਚੁਅਲੀ ਵਿਰੋਧੀਆਂ ਨੇ ਜਿਹੜੇ ਕਹਿੰਦੇ ਹਨ ਨਾ ਉਹਨਾਂ ਨੇ ਉਹਨਾਂ ਦੇ ਲੱਗਦੇ ਸੀ ਤੁੱਕੇ ਸਾਨੂੰ ਤਾਂ ਵਾਅਦਿਆਂ ਦੇ ਆਧਾਰ ਤੇ ਕੰਮਾਂ ਦੇ ਆਧਾਰ ਤੇ ਵੋਟਾਂ ਪੈਂਦੀਆਂ ਸਾਨੂੰ ਸਾਡੀ ਕਾਬਲੀਅਤ ਦੇ ਆਧਾਰ ਤੇ ਵੋਟਾਂ ਪੈਂਗੀਆਂ ਪਹਿਲੀ ਪਾਰਟੀ ਹੈ ਜਿਹੜੀ ਇਹ ਕਹਿੰਦੀ ਹੈ ਜੇ ਅਸੀਂ ਕੰਮ ਕੀਤੇ ਤਾਂ ਸਾਨੂੰ ਵੋਟਾਂ ਪਾ ਦਿਓ ਲੋਕ ਸਾਡੇ ਕੰਮਾਂ ਤੋਂ ਖੁਸ਼ ਹੈ ਅਸੀਂ ਲੋਕਾਂ ਨੂੰ ਇਹ ਹੀ ਕਹਿੰਨੇ ਕਿ ਡਾਕਟਰ ਬਲਵੀਰ ਜੀ ਕੌਣ ਨੇ ਇੱਕ ਵਲੰਟੀਅਰ ਆਮ ਆਦੀ ਪਾਰਟੀ ਦਾ ਵਲੰਟੀਅਰ ਤੋਂ ਖੜੇ ਹੋ ਦੀਆਂ ਤਾਂ ਇਹ ਨਹੀਂ ਹੈ ਕਿ ਦਲ ਬਦਲ ਕੇ ਇੱਧਰ ਵਾਗੇ ਜੀ ਉੱਧਰ ਵਾਗੇ ਗਾਂਧੀ ਜੀ ਹੈ ਉਹ ਵੀ ਦਲ ਬਦਲੂ ਹੈ ਐਨ ਕੇ ਸ਼ਰਮਾ ਦਾ ਕੋਈ ਆਧਾਰਨੀ ਅਕਾਲੀ ਦਲ ਉਹੀ ਖਤਮ ਹੋਇਆ ਪਿਆ ਤਾਂ ਇਸ ਕਰਕੇ ਰਹਿ ਕੋਨੇ ਆਮ ਆਦੀ ਪਾਰਟੀ ਕਮਾਂ ਦੇ ਆਧਾਰ ਤੇ ਜਿੱਤਣ ਵਾਲੀ ਪਾਰਟੀ ਹੈ ਔਰ ਕਮਾਂ ਨੂੰ ਹੀ ਵੋਟਾਂ ਪੈਣਗੀਆਂ ਮੁਕਾਬਲਾ ਕਿੰਨਾ ਲੱਗਦਾ ਤੁਹਾਨੂੰ ਕਿਹੜੀ ਪਾਰਟੀ ਨਾਲ ਮੁਕਾਬਲਾ ਸਾਡਾ ਕਿਸੇ ਨਾਲ ਕੋਈ ਮੁਕਾਬਲਾ ਨਹੀਂ ਅਸੀਂ ਲੋਕਾਂ ਦੀ ਜਿਹੜੀ ਲੋਕਾਂ ਦੀ ਆਸ਼ੀਰਵਾਦ ਨੂੰ ਲੈ ਕੇ ਅੱਗੇ ਚੱਲਦੇ ਹਾਂ ਅਸੀਂ ਕੋਈ ਕਿਸੇ ਨਾਲ ਮੁਕਾਬਲਾ ਨਹੀਂ ਔਰ ਆਮ ਆਦੀ ਪਾਰਟੀ ਝਾੜੂ ਫੇਰ ਕੇ ਹੀ ਰਹੇਗੀ ਬਹੁਤ ਸ਼ੁਕਰੀਆ ਜੀ ਥੈਂਕਸ ਬਹੁਤ ਸ਼ੁਕਰੀਆ ਤਾਂ ਡਾਕ ਦਾਵਾ ਕਰ ਰਹੇ ਨੇ ਕਿ ਅਸੀਂ ਇਹ ਸੀਟ ਜਿੱਤਨੀ ਹੈ ਤੇ ਮੁਕਾਬਲੇ ਦੇ ਵਿੱਚ ਕੋਈ ਨਹੀਂ ਕਾਂਗਰਸ ਦੇ ਵਿੱਚ ਆਪਸੀ ਵਿਰੋਧ ਹੈ ਆਪਾਂ ਤਾਂ ਆਪੀ ਹੈ ਤੇ ਦੂਸਰੇ ਪਾਸੇ ਅਕਾਲੀਆਂ ਦਾ ਆਧਾਰ ਨਹੀਂ ਤੇ ਭਾਜਪਾ ਨੂੰ ਲੋਕ ਪਿੰਡਾਂ ਚ ਨਹੀਂ ਬਣਦੇ ਰਹੇ ਇਸ ਕਰਕੇ ਕਹਿ ਰਹੇ ਨੇ ਕਿ ਅਸੀਂ ਜਿੱਤਾਂਗੇ ਨਾਲੇ ਸੀ ਕੰਮ ਬਹੁਤ ਕੀਤੇ ਨੇ ਇਹ ਦਾਵਾ ਆਮ ਆਦਮੀ ਪਾਰਟੀ ਕਰ ਰਹੀ ਹੈ ਮੇਰਾ ਨੰਦਪ੍ਰੀਤ ਸਿੰਘ ਨੂੰ ਇੱਥੇ ਦਿਓ ਇਜਾਜ਼ਤ ਵਿਕਰੋ ਪ੍ਰਾਈਮੇਸ਼ੀਆ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ